ਇਹ ਭਾਈ ਬਾਬਕ ਛੇਵੇਂ ਪਾਤਸ਼ਾਹ ਵੇਲੇ ਵੀ ਹੋਇਆ, ਇਹ ਸੱਤੇ ਬਰਵੰਡੇ ਹੋਣੀ ਉਹਨਾਂ ਦੀ ਕੋਲ ਚੋਂ ਸੀਗੇ ਭਾਈ। ਜੀਭ 'ਚ ਕੀੜੇ ਪੈ ਗਏ, ਮੁੜ ਕੇ ਬੁਰੇ ਹਾਲ ਹੋ ਗਏ, ਲੋਕ ਬੁਲਾਉਣ ਨਾ ਡਰਦੇ ਵੀ ਮੂੰਹ ਕਾਲਾ ਕਰਨਗੇ ਮਹਾਰਾਜ, ਸਰੀਰ 'ਚ ਕੀੜੇ ਪੈ ਗਏ ਬਖਸ਼ਾਉਂਦੇ ਫਿਰਨ। ਤੇ ਕਿਸੇ ਨੇ ਕਿਹਾ ਭਾਈ ਲੱਦਾ ਪਰਉਪਕਾਰੀ ਰਹਿੰਦਾ ਲਾਹੌਰ, ਉੱਥੇ ਚਲੇ ਜਾਓ। ਭਾਈ ਲੱਦੇ ਦੇ ਘਰ ਜਾ ਕੇ ਜੋ ਦਰਵਾਜ਼ਾ ਖੋਲਿਆ, ਉਹਨੇ ਦਰਵਾਜ਼ਾ ਖੜਕਾਇਆ, ਕਹਿੰਦੇ ਤੁਸੀਂ ਕੌਣ ਅਸੀਂ ਸੱਤੇ ਬਲਵੰਡੇ? ਉਹਨੇ ਦਰਵਾਜ਼ਾ ਲਾ ਲਿਆ, ਨਾ ਮੈਂ ਨਹੀਂ ਤੁਹਾਡੀ ਸਿਫਾਰਿਸ਼ ਕਰਨੀ ਹੈ, ਚਾਹ ਭੱਜ ਇੱਥੋਂ। ਉਹੀ ਗੁਰੂ ਨਾਨਕ ਦੀ ਨਿੰਦਾ ਕੀਤੀ, ਓਏ ਭਾਈ ਸਾਹਿਬ ਜੀ ਸਾਨੂੰ ਬਖਸ਼ਾਓ, ਤੁਹਾਨੂੰ ਪਰਉਪਕਾਰੀ ਕਹਿੰਦੇ ਨੇ, ਬਹੁਤ ਤਰਲੇ ਕੀਤੇ ਮਨ ਮਹਾਂਪੁਰਖਾਂ ਦਾ, ਬ੍ਰਹਮ ਗਿਆਨੀ ਸੀ, ਡੋਲ ਗਿਆ ਭਾਵ ਪਸੀਜ ਗਿਆ ਮਨ। ਕਹਿੰਦੇ ਗੁਰੂ ਸਾਹਿਬ ਕੀ ਕਹਿੰਦੇ? ਉਹ ਕਹਿੰਦਾ ਜਿਹੜਾ ਬਖਸ਼ਾਊਗਾ ਉਹਦਾ ਮੂੰਹ ਕਾਲਾ ਕਰਕੇ ਛੱਤਰਾਂ ਦੀ ਮਾਲਾ ਪਾ ਕੇ ਖੋਤੇ ਤੇ ਬਿਠਾਵਾਂਗੇ। ਕਹਿੰਦਾ ਚਲੋ ਪਹਿਲਾਂ ਫਿਰ ਇਹ ਕੰਮ ਕਰੀਏ, ਹੁਣ ਪਰਉਪਕਾਰ ਜੋ ਕਰਨਾ। ਭਾਈ ਲੱਦੇ ਨੇ ਆਪਣਾ ਮੂੰਹ ਆਪੇ ਕਾਲਾ ਕੀਤਾ, ਜੁੱਤੀਆਂ ਦੀ ਮਾਲਾ ਆਪਣੇ ਗਲ 'ਚ ਪਾਈ, ਖੋਤੇ ਤੇ ਬੈਠ ਕੇ ਪਹਿਲਾਂ ਲਾਹੌਰ ਘੁੰਮਿਆ ਸਾਰਾ, ਫਿਰ ਅੰਮ੍ਰਿਤਸਰ ਆ ਕੇ ਘੁੰਮੇ, ਢੋਲ ਵਾਲਾ ਨਾਲ ਲੈ ਲਿਆ, ਬੱਚੇ ਨਿੱਕੇ ਨਿੱਕੇ ਨੌਲ ਵਾਲਾ ਨੌਲ ਸੱਤੇ ਬਲਵੰਡੇ ਹੋਣੇ ਨਾਲ। ਪੰਜਵੇਂ ਪਾਤਸ਼ਾਹ ਕਹਿੰਦੇ ਇਹ ਕੌਣ ਆਉਂਦਾ ਖੋਤੇ ਤੇ ਚੜਿਆ? ਕਹਿੰਦੇ ਮਹਾਰਾਜ ਲੱਦਾ ਪਰਉਪਕਾਰੀ ਲਾਹੌਰ ਤੋਂ ਆਇਆ ਸੱਤੇ ਬਲਵੰਡੇ ਹੋਣਾ ਲੈ ਕੇ ਬਖਸ਼ਾਉਣ। ਗੁਰੂ ਸਾਹਿਬ ਦੇ ਅੱਖਾਂ 'ਚੋਂ ਪਾਣੀ ਆ ਗਿਆ ਉਸੇ ਵਕਤ, ਮਹਾਰਾਜ ਉੱਠ ਕੇ ਆਪ ਆ ਕੇ, ਲੱਦਿਆ ਤੂੰ ਤਾਂ ਉਹੀ ਕਹਿ ਦਿੰਦਾ, ਤੂੰ ਤਾਂ ਬ੍ਰਹਮ ਗਿਆਨੀ ਮਹਾਂਪੁਰਖ ਸਾਡਾ, ਤੂੰ ਤਾਂ ਉਹੀ ਕਹਿ ਦਿੰਦਾ, ਮੈਂ ਬਖਸ਼ ਲੈਣੇ ਸੀ ਇਹ, ਤੂੰ ਇਹ ਕਿਆ ਕੀਤਾ? ਕਹਿੰਦਾ ਮਹਾਰਾਜ ਗੁਰੂ ਦਾ ਵਚਨ ਆ ਨਾ, ਤੁਸੀਂ ਕਿਹਾ ਸੀ ਜਿਹੜਾ ਬਖਸ਼ਾਉਣ ਆਊਗਾ ਮੂੰਹ ਕਾਲਾ ਕਰਾਂਗੇ, ਛੱਤਰਾਂ ਦੀ ਮਾਲਾ ਪਾਵਾਂਗੇ, ਖੋਤੇ ਤੇ ਬਿਠਾਵਾਂਗੇ। ਮਹਾਰਾਜ ਮੈਂ ਤਾਂ ਵਚਨ ਪੂਰਾ ਕੀਤਾ। ਮਹਾਰਾਜ ਨੇਤਰਾਂ 'ਚ ਜਲ ਆ ਗਿਆ ਬਹੁਤ, ਬੜੇ ਵਿਰਾਗ 'ਚ ਆ ਗਏ। ਕਹਿੰਦੇ ਮੈਥੋਂ ਇਹ ਵਗਿਆ ਹੋ ਗਈ, ਐਡੇ ਐਡੇ ਮਹਾਂਪੁਰਖ ਪਹੁੰਚੇ ਹੋਏ ਤੁਸੀਂ, ਕਹਿੰਦੇ ਜਾ ਮੂੰਹ ਧੋ ਸਰੋਵਰ 'ਚ, ਨਾ ਜਾਓ ਸਰੋਵਰ 'ਚ ਨਹਾ ਲਓ ਤੁਸੀਂ ਦੋਨੋਂ ਜਾਣੇ, ਜਾਓ ਸੱਤੇ ਬਲਵੰਡੇ ਨਹਾਇਆ ਸਰੋਵਰ 'ਚ, ਕੀੜੇ ਠੀਕ ਹੋ ਗਏ। ਸਤਿਗੁਰੂ ਕਹਿੰਦੇ ਜਿਹੜੇ ਮੂੰਹ ਨਾਲ ਨਿੰਦਾ ਕੀਤੀ ਉਹਨੂੰ ਉਸਤਤ ਕਰੋ, ਹੁਣ ਉਹ ਕਾਗਜ਼ ਕਲਮ ਦਵਾਤ ਮੰਗਾਈ, ਲਿਖਣਾ ਨਾ ਆਵੇ, ਜ਼ੁਬਾਨ ਨਾ ਚੱਲੇ। ਸਤਿਗੁਰਾਂ ਨੇ ਪਹਿਲੀ ਇੱਕ ਪੌੜੀ ਲਿਖੀ, ਨੌ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਕੀਮਤ ਹੈ। ਮੁੜ ਕੇ ਉਹ ਕਲਮਾਂ ਮੂੰਹ ਨੂੰ ਲਾਤੀਆਂ, ਜੀਭ ਦੇ ਕਹਿੰਦੇ ਕੱਢੋ ਜੀਭਾਂ ਬਾਹਰ ਆਪਣੀਆਂ, ਉਹ ਕਲਮ ਉਸਤਤ ਵਾਲੀ ਕਲਮ ਨਾਲ ਜੀਭਾਂ ਠੀਕ ਹੋ ਗਈਆਂ। ਫਿਰ ਇਹਨਾਂ ਨੇ ਸਾਰੀ ਸੱਤੇ ਬਲਵੰਡੇ ਦੀ ਵਾਰ ਲਿਖੀ। ਸਤਿਗੁਰੂ ਨੇ ਕਿਹਾ ਜਾਓ ਦੁੱਖ ਭੰਜਣੀ ਥੱਲੇ ਇਸ਼ਨਾਨ ਕਰ ਲਓ, ਬਿਲਕੁਲ ਸਹੀ ਦਰੁਸਤ ਹੋ ਗਏ। ਜਦੋਂ ਇਹ ਗੁਰੂ ਸਾਹਿਬ ਨੇ ਕਿਹਾ ਕੋਈ ਸਿੱਖ ਤੋਂ ਨਿੰਦਾ ਹੋ ਜਾਏ ਨਾ, ਕੋਈ ਸਰੀਰਕ ਕੋਹੜ ਦਾ ਰੋਗ ਹੋਵੇ, 18 ਪ੍ਰਕਾਰ ਦੇ ਚਮੜੀ ਦੇ ਰੋਗ ਹੋਣ, ਜਿਹਨੂੰ ਉਹ ਜੇ ਵਾਰ ਪੜ ਲੂਗਾ ਉਹਦਾ ਰੋਗ ਠੀਕ ਹੋ ਜੂ। ਅੱਜ ਵੀ ਲੱਖਾਂ ਲੋਕ ਜਿਹੜੇ ਸਰੀਰ ਦੇ ਉੱਤੇ ਰੋਗ ਖੜੇ ਹੋ ਜਾਂਦੇ ਨੇ, ਸਕਿਨ ਟ੍ਰਬਲ ਹੁੰਦੀ ਜਿਹਨਾਂ ਨੂੰ, ਇਹ ਵਾਰ ਨਾਲ ਠੀਕ ਹੁੰਦੀ। ਇਹ ਵਾਰ ਪੜ ਕੇ ਮੂਹਰੇ ਜਲ ਰੱਖਣਾ, ਦੁੱਖ ਭੰਜਣੀ ਬੇਰੀ ਥੱਲੇ ਇਸ਼ਨਾਨ ਕਰਨਾ। ਫਿਰ ਸਤਿਗੁਰੂ ਨੇ ਜਾ ਕੇ ਉਹਨਾਂ ਨੂੰ ਬਖਸ਼ਿਆ ਸੀ। ਇਹ ਤਾਂ ਜੇ ਗੁਰੂਆਂ ਦੀ ਨਿੰਦਾ ਕੀਤੀ, ਸੰਤਾਂ ਮਹਾਂਪੁਰਖਾਂ ਦੀ ਨਿੰਦਾ ਕੀਤੀ ਹੈ, ਮੁੜ ਕੇ ਬਹੁਤ ਦੁਖੀ ਹੁੰਦਾ, ਬਹੁਤ ਦੁਖੀ ਹੁੰਦਾ। ਜਦੋਂ ਛੇਵੇਂ ਪਾਤਸ਼ਾਹ ਉਹਦਾ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ, ਨਰੰਗੇ ਨੇ ਰਾਤ ਨੂੰ ਪਲੰਘ ਉਲਟ ਜਾਂਦਾ ਸੀ, ਛੱਡ ਕੇ ਗੋਲਕੁੰਡੇ ਨੂੰ ਭੱਜ ਗਿਆ, ਉੱਧਰ ਜਾ ਕੇ ਚੜ੍ਹਾਈ ਕੀਤੀ ਦੌਲਤਾਂ ਬਾਅਦ। ਕੋਈ ਸੁਖੀ ਨਹੀਂ ਵੱਸਦਾ ਸਤਿਗੁਰੂ ਮਹਾਰਾਜ ਕਹਿੰਦੇ, ਸਤਿਗੁਰ ਦੀ ਮਹਾਂਪੁਰਖਾਂ ਦੀ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਨ ਦੇ ਨਾਲ। ਸੰਤ ਕੇ ਹਤੇ ਕੋ ਰੱਖੇ ਨਾ ਕੋਈ, ਫਟਕਾਰੇ ਹੋਏ ਨੂੰ ਕੋਈ ਰੱਖਦਾ ਹੀ ਨਹੀਂ, ਕਹਿੰਦੇ ਜਾਓ ਜਿੱਥੇ ਮਰਜ਼ੀ ਜ਼ੋਰ ਲਾ ਲਓ। ਸੰਤ ਕਾ ਦੁੱਖ ਨਥਾਨ ਭ੍ਰਸ਼ਟ ਹੋਏ, ਜਿਹਨੇ ਸੰਤਾਂ ਦੀ ਨਿੰਦਾ ਕੀਤੀ ਹੈ ਨਾ, ਉਹਦਾ ਹਿਰਦਾ ਰੂਪ ਥਾਂ, ਉਹਦਾ ਘਰ, ਉਹਦਾ ਸਭ ਕੁਛ ਭ੍ਰਿਸ਼ਟ ਹੋ ਜਾਂਦਾ, ਗੰਦਗੀ ਨਾਲ ਭਰ ਜਾਂਦਾ, ਕਿਉਂਕਿ ਉਹਨੇ ਨਿੰਦਾ ਕੀਤੀ ਹੈ। ਇਹ ਤਾਂ ਸਾਡੇ ਦੇਖਣ ਦੀ ਗੱਲ ਹੈ। ਕੋਈ ਬਹੁਤ ਸ਼ਰਧਾਵਾਨ ਸੀ ਬੀਬੀ, ਆਪਣੇ ਘਰ ਵਾਲੇ ਨੂੰ ਕਹਿੰਦੀ, ਬਾਬਾ ਨੱਥ ਮਲ ਪਰ ਵਾਲੇ ਬਾਬਾ ਅਜੀਤ ਸਿੰਘ ਜੀ ਹੁੰਦੇ ਸੀ, ਕਹਿੰਦੀ ਚਲੋ ਦਰਸ਼ਨ ਕਰਨ ਜਾਣਾ ਮਹਾਂਪੁਰਖਾਂ ਦੇ। ਹੁਣ ਸੀ ਉਹ ਬੰਦਾ ਟੇਢਾ ਜਿਹਾ, ਕਹਿੰਦਾ ਉੱਥੇ ਕੀ ਮੀਂਗਣਾਂ ਮਿਲਦੀਆਂ ਸੰਤਾਂ ਕੋਲ, ਪਿੰਡਾਂ ਵਾਲੇ ਇਹੋ ਜਿਹੇ ਹੁੰਦੇ ਆ ਜੋ ਮੂੰਹ 'ਚ ਆਇਆ ਬੋਲਦਾ। ਕਹਿੰਦੀ ਚੱਲ ਤਾਂ ਸਹੀ, ਹੁਣ ਮੈਂ ਨਾਲ ਕੱਲੀ ਜਾਣ ਨਾਲ ਚੱਲੋ। ਉੱਥੇ ਗਏ, ਸਾਰਾ ਸੁਣਿਆ ਕਰਿਆ, ਵਾਪਸ ਘਰ ਆ ਗਏ। ਜਦ ਦਰਵਾਜ਼ਾ ਖੋਲਿਆ, ਪੂਰਾ ਘਰ ਮੀਂਗਣਾਂ ਦਾ ਭਰਿਆ, ਪੇਟੀ ਵੀ, ਚਮਚੇ ਵੀ, ਕੌਲੀਆਂ ਵੀ, ਟੈਚੀ ਵੀ, ਜੋ ਦੇਖਿਆ ਮੀਂਗਣਾ ਹੀ ਮੀਂਗਣਾ ਵੀ। ਕਹਿੰਦੀ ਲੈ ਲਾ ਮੀਂਗਣਾ, ਹੁਣ ਮਹਾਂਪੁਰਸ਼ਾਂ ਤੋਂ ਮੀਂਗਣਾ ਮੰਗਦਾ ਸੀ ਨਾ, ਆ ਲੈ ਲਾ। ਉਹਨੂੰ ਕਰੰਟ ਜਿਹਾ ਵੱਜਿਆ ਬੰਦੇ ਨੂੰ, ਕਹਿੰਦਾ ਇਹ ਤਾਂ ਸੱਚੀ ਮੀਂਗਣਾ ਆ ਗਈ। ਕਹਿੰਦਾ ਹੁਣ, ਕਹਿੰਦੀ ਚੱਲ ਹੁਣ ਮੁੜ ਕੇ।
ਪਿੰਡਾਂ ਵਾਲੇ ਫਿਰ ਅਸੀਂ ਕਿਹਾ ਨਹੀਂ ਹੁਣ ਆਪਣੇ ਪਤੰਦਰ ਕੋਲ ਚੱਲ ਮੁੜ ਕੇ, ਪਿੰਡਾਂ 'ਚ ਫਿਰ ਅਸੀਂ ਸਿੱਧੀਆਂ ਗੱਲਾਂ ਚੱਲਦੀਆਂ। ਉਹ ਫਿਰ ਗਿਆ, ਜਾ ਕੇ ਖੜ ਗਏ, ਗਲਤੀ ਹੋ ਗਈ ਜੀ, ਕਹਿੰਦੇ ਮੇਰੀ ਨਿੰਦਾ ਨਹੀਂ, ਇਹ ਗੁਰੂ ਨਾਨਕ ਦੇ ਘਰ ਦੀ ਨਿੰਦਾ ਕਰਦੀ। ਸੰਤ ਕਿਹਦੇ ਹੁੰਦੇ ਨੇ? ਸੰਤ ਸਹਾਈ ਰਾਮ ਕੇ, ਇਹ ਰੱਬ ਦੇ ਪਿਆਰੇ ਹੁੰਦੇ। ਕੜਾਹ ਪ੍ਰਸ਼ਾਦ ਬਣਵਾ ਭਾਈ, ਕੜਾਹ ਪ੍ਰਸ਼ਾਦ ਬਣਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਕੋਲ ਲੈ ਕੇ ਗਏ, ਉੱਥੇ ਖੜ ਕੇ ਫਿਰ ਮਾਫ਼ੀ ਮੰਗੀ। ਜਾਂ ਮਾਫ਼ੀ ਮੰਗੀ ਤਾਂ ਦੋ ਚਾਰ ਮੰਗਣਾ ਹੀ ਸੀ ਘਰ 'ਚ, ਫਿਰ ਸਾਰੀਆਂ ਖਤਮ ਹੋ ਗਈਆਂ। ਕਹਿੰਦੇ ਰਹੂਗੀ ਤਾਂ ਜ਼ਰੂਰ ਇੱਕ ਅੱਧੀ ਕਦੇ ਨਾ ਕਦੇ ਹੋਣੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਰਾ ਮਾਸਟਰ ਜੀ, ਉਹ ਸੰਤਾਂ ਨੂੰ ਇੱਕ ਵਾਰ ਕਹਿੰਦਾ, ਉਹ ਸੰਤ ਹੁਣ ਬਾਣੀ ਪੜ੍ਹਦੇ, ਉਹ ਕਿਸੇ ਗੱਲ ਬੁਲਾਉਂਦਾ ਸੀ, ਸੰਤਾਂ ਨੇ ਵਿੱਚ ਬੋਲਣਾ ਨਹੀਂ ਸੀ। ਉਹ ਵਾਰ ਵਾਰ ਬੁਲਾਵੇ ਸੰਤ, ਐਂ ਕਰਨ ਵੀ ਠਹਿਰ ਜਾ, ਮੈਂ ਪਾਠ ਪੂਰਾ ਕਰਨਾ ਜਪ ਜੀ ਸਾਹਿਬ ਦਾ। ਕਹਿੰਦਾ ਕਿਵੇਂ ਆਪਰਿਆ ਬਾਣੀ ਪੜ੍ਹ ਪੜ੍ਹ? ਘਰ ਦੇ ਤਾਂ ਫਿਰ ਐਂ ਹੁੰਦੇ ਨੇ, ਸੰਤ ਚੁੱਕਣ ਹੱਸੀ ਗਏ, ਪੜ੍ਹੀ ਗਏ ਬਾਣੀ। ਥੋੜ੍ਹੀ ਦੇਰ ਬਾਅਦ ਪਿਤਾ ਜੀ ਆ ਗਏ ਸੰਤਾਂ ਦੇ। ਜਰਨੈਲ ਸਿੰਘ ਕੁਛ ਕਿਹਾ ਸੀਗਾ ਮਾਸਟਰ ਨੂੰ? ਕਹਿੰਦੇ ਨਹੀਂ, ਮੈਂ ਤਾਂ ਕੁਛ ਨਹੀਂ ਕਿਹਾ। ਕਹਿੰਦੇ ਉਹੀ ਕਹਿੰਦਾ ਸੀ ਆਫਰਿਆ ਬਾਣੀ ਪੜ੍ਹ ਪੜ੍ਹ। ਕਹਿੰਦੇ ਉਹਦਾ ਇੰਨਾ ਢਿੱਡ ਪੱਟਣ ਵਾਲਾ ਹੋਇਆ ਵੀ ਫੁੱਲ ਗਿਆ, ਕੁਛ ਕਰ ਉਹਦਾ। ਸੰਤ ਕਹਿੰਦੇ ਉਹਨੇ ਬਾਣੀ ਨੂੰ ਮਾੜਾ ਕਿਹਾ, ਬਾਣੀ ਨੂੰ ਵੀ ਬਾਣੀ ਪੜ੍ਹ ਪੜ੍ਹ ਆਫਰਿਆ ਪਿਆ। ਕਹਿੰਦੇ ਮੈਂ ਤਾਂ ਉਹਨੂੰ ਕੁਛ ਨਹੀਂ ਕਿਹਾ। ਫਿਰ ਚਲੋ ਖੈਰ ਲੌਂਗ ਲੈਚੀ ਵੀ ਦਿੱਤੀ ਜੇਬ 'ਚ, ਮਾੜੀ ਮੋਟੀ ਕੋਈ ਲੈਚੀ ਰੱਖੀ। ਕਹਿੰਦੇ ਦੇਗ ਬਣਾਓ, ਦੇਗ ਬਣਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਿਜਾ ਕੇ, ਕਿ ਸੰਤਾਂ ਨੇ ਮੈਨੂੰ ਇਹ ਚੀਜ਼ਾਂ ਆਪ ਸੁਣਾਈਆਂ ਹੋਈਆਂ। ਕਹਿੰਦੇ ਫਿਰ ਅਰਦਾਸ ਕੀਤੀ ਤਾਂ ਉਹਦਾ ਫਰੇਮਾ ਗਿਆ। ਜਦੋਂ ਪੂਰਨ, ਕਈ ਵਾਰ ਆਪਾਂ ਚਲੋ ਸੰਤ ਤਾਂ ਕਈ ਤਰ੍ਹਾਂ ਦੇ ਆ, ਸੰਤ ਸੁਣੋ ਦੇਖ ਮਤੀ ਕੇ, ਕਈ ਵਾਰ ਵਿੱਚ ਵਿੱਚ ਪੂਰਾ ਵੀ ਆ ਜਾਂਦਾ ਹੁੰਦਾ। ਜਿਵੇਂ ਸੱਜਣ ਠੱਗ ਜਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ, ਸੱਜਣਾ ਕਦੇ ਕਦੇ ਮੱਛੀਆਂ ਫੜਦੇ ਫੜਦੇ ਨਾ ਜਾਲ ਵਿੱਚ ਮਗਰਮੱਛ ਵੀ ਆ ਜਾਂਦਾ ਹੁੰਦਾ, ਫਿਰ ਜਾਲ ਸਣੇ ਹੀ ਖਾ ਜਾਂਦਾ ਸਭ ਕੁਛ। ਇਸ ਕਰਕੇ ਕਦੇ ਕਦੇ ਅਸੀਂ ਆਦੀ ਬਣੇ ਹੋਏ ਹਾਂ, ਨਿੰਦਕ ਹੋ ਗਏ। ਕਦੇ ਕਦੇ ਕੋਈ ਨਾ ਪੂਰਨ ਪੁਰਖ ਟੱਕਰ ਜਾਂਦਾ, ਫਿਰ ਉਹਦੀ ਨਿੰਦਾ ਕਰਕੇ ਨਾ ਬਹੁਤ ਭੈੜਾ ਹਾਲ ਹੁੰਦਾ। ਮੈਂ ਮੰਨਦਾ ਨਕਲੀ ਸੰਤ ਵੀ ਹੈ, ਦੂਜੇ ਸੰਤ ਵੀ ਹੈ, ਤੀਜੇ ਸੰਤ ਵੀ ਹੈ, ਪਰ ਆਪਾਂ ਨੂੰ ਇਹ ਰਾਹ ਹੀ ਛੱਡ ਦੇਣਾ ਚਾਹੀਦਾ। ਨਾ ਕਿਸੇ ਦੀ ਨਿੰਦਾ ਕਰੋ ਹੀ ਨਾ, ਕਹੋ ਹੀ ਨਾ। ਹੁਣ ਮਹਾਰਾਜ ਨੇ ਅੱਠ ਪੰਗਤੀਆਂ ਉਚਾਰਨ ਕਰਕੇ ਹੁਣ ਅਖੀਰ ਤੇ ਜਾ ਕੇ ਕੀ ਕਹਿੰਦੇ ਨੇ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਪੀਤਰੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜੇ ਕੋਈ ਜੇ ਕਿਰਪਾਲ ਸੰਤ ਆਪ ਕਿਰਪਾ ਕਰੇ, ਇਹ ਜੇ ਸੰਤ ਅੱਖਰ ਆ ਗਿਆ, ਦੇਖੋ ਇਹ ਸੱਸਾ ਤੇ ਤੱਤਾ ਦੋ ਅੱਖਰ ਹੈ। ਸੱਸਾ ਤੱਤਾ ਸਿਆਰੀ ਸਤਿਗੁਰ, ਸੱਸੇ ਦੇ ਤੱਤੇ ਦੇ ਵਿਚਾਲੇ ਲਾ ਦੋ ਗੱਗਾ ਸੰਗਤ, ਸੱਸਾ ਤੇ ਤੱਤਾ ਉੱਤੇ ਟਿੱਪੀ ਸੰਤ, ਤੱਤੇ ਸਿਆਰੀ ਸੱਤ। ਇਹ ਸੱਤ ਅੱਖਰ ਤੋਂ ਹੀ ਕਈ ਕੁਛ ਬਣਿਆ, ਇਹ ਇੱਕੋ ਹੀ ਕੈਟਾਗਰੀ ਹੈ ਸਾਰੀ। ਇੱਕ ਦਰਖਤ ਹੈ, ਵੱਡੇ ਟਾਹਣੇ ਛੋਟੇ ਟਾਹਣੇ, ਟਾਹਣੀਆਂ ਪੱਤੇ ਫੁੱਲ ਫਲ ਸਾਰੇ ਇੱਕੋ ਹੀ ਸਰੂਪ ਹੁੰਦਾ। ਸੰਤ ਜਿਹੜੇ ਨੇ ਕੋਈ ਵੱਖਰੇ ਨਹੀਂ ਹੁੰਦੇ ਪਰਮਾਤਮਾ ਨਾਲੋਂ, ਸੰਤ ਮਹਾਤਮਾ ਇੱਕੋ ਹੀ ਰੂਪ। ਆ ਪਿੱਛੇ ਜੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀ ਬਹੁਤ ਨਿੰਦਾ ਲਿਖੀ ਨੈੱਟ ਤੇ, ਮੈਂ ਕਿਸੇ ਮਹਾਂਪੁਰਖ ਨੂੰ ਜਾ ਕੇ, ਮੈਂ ਐਡੇ ਪੂਰਨ ਪੁਰਖ ਦੀ ਨਿੰਦਾ ਲਿਖੀ ਪਈ ਆ, ਬਾਬਾ ਸੁੰਦਰ ਸਿੰਘ ਖਾਲਸਾ ਨਿੰਦਾ ਲਿਖੀ ਪਈ ਆ, ਸਾਰਿਆਂ ਸੰਤਾਂ ਦੀ ਨਿੰਦਾ ਲਿਖੀ ਪਈ ਆ, ਮੈਂ ਕਿਹਾ ਮਹਾਰਾਜ ਨੂੰ ਬੇਨਤੀ ਕਰੋ, ਇਹ ਤਾਂ ਬੜੀ ਮਾੜੀ ਗੱਲ ਆ। ਜਦ ਉਹ ਕਹਿੰਦੇ ਅਸੀਂ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ ਇਹ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਨੂੰ ਨਹੀਂ ਕਿਹਾ, ਇਹ ਮੈਨੂੰ ਕਿਹਾ ਉਹਨੇ, ਮੈਨੂੰ, ਇਹ ਮੇਰੀ ਨਿੰਦਾ ਕੀਤੀ ਆ, ਮੇਰੇ ਖਾਲਸੇ ਦੀ ਜਿਹੜਾ ਨਿੰਦਾ ਕਰਦਾ ਉਹ ਮੇਰੀ ਨਿੰਦਾ, ਕਿਉਂਕਿ ਖਾਲਸਾ ਮੇਰਾ ਰੂਪ ਹੈ ਖਾਸ। ਮਹਾਰਾਜ ਕਹਿੰਦੇ ਐਸਾ ਸਬਕ ਸਿਖਾਉਂਗਾ ਨਾ ਯਾਦ ਰੱਖਣਗੇ, ਸਿਖਾਉਣਗੇ ਸਤਿਗੁਰੂ ਮਹਾਰਾਜ, ਪਰ ਕਹਿੰਦੇ ਸੰਤ ਕਿਰਪਾਲ ਕਿਰਪਾ ਜੇ ਕਰੈ, ਸੰਤ ਮਹਾਂਪੁਰਸ਼ ਜੇ ਕਿਰਪਾ ਕਰ ਦੇਣ, ਨਾਨਕ ਸੰਤ ਸੰਗ ਨਿੰਦਕ ਪੀ ਤਰੈ। ਫਿਰ ਸੰਤਾਂ ਦੀ ਸੰਗਤ ਕਰਕੇ ਨਿੰਦਕ ਵੀ ਪਾਪਾਂ ਤੋਂ ਬਚ ਜਾਂਦਾ, ਉਹ ਵੀ ਤਰ ਜਾਂਦਾ, ਜੰਮਣ ਮਰਨ ਤੋਂ ਰਹਿਤ ਕਰ ਦਿੰਦੇ ਨੇ। ਕੱਲ੍ਹ ਨੂੰ ਸਾਖੀ ਸੁਣਾਵਾਂਗੇ, ਉਹ ਬ੍ਰਿਗੇਡੀਅਰ ਵਾਲੀ ਜਿਹੜਾ ਚੰਡੀਗੜ੍ਹ ਸੀਗਾ, ਫਿਰ ਤੁਹਾਨੂੰ ਪਤਾ ਲੱਗੂਗਾ ਮਹਾਂਪੁਰਖ ਦਿਆਲੂ ਵੀ ਬਹੁਤ ਹੁੰਦੇ। ਨਿੰਦਾ ਪਰੇ ਪਰੇ ਲੋਕ ਕਰੀ ਜਾਂਦੇ ਨੇ, ਜਦੋਂ ਫਿਰ ਬੁਰੀ ਹਾਲਤ ਹੋ ਜਾਂਦੀ ਹੈ, ਫਿਰ ਲੋਕ ਮੰਜੇ 'ਤੇ ਪਾ ਕੇ ਸੰਤਾਂ ਕੋਲ ਲਿਆਉਂਦੇ ਨੇ, ਕਹਿੰਦੇ ਭਾਈ ਇਹਨੇ ਨਿੰਦਾ ਨੂੰ ਜ਼ਹਿਰ ਖਾ ਲਈ ਤਾਂ ਮਰ ਗਿਆ ਹੈ, ਮਹਾਰਾਜ ਇਹਨੂੰ ਠੀਕ ਕਰੋ ਹੁਣ। ਕਹਿੰਦੇ ਕੋਈ ਨਹੀਂ ਭਾਈ, ਹੁਣ ਇੱਥੇ ਫਿਰ ਉੱਥੇ ਸੇਵਾ ਕਰਨ ਲੱਗ ਜਾਂਦੇ ਨੇ, ਆਹ ਹੰਸਾਲੀ ਵਾਲੇ ਮਹਾਂਪੁਰਖਾਂ ਨਾਲ
ਉਹ ਦੋ ਚਾਰ ਜਣੇ ਟੇਢੇ ਜਿਹੇ ਚੱਲੇ ਸੀ, ਇੱਕ ਨੇ ਤਾਂ ਆ ਕੇ, ਬੜੀ ਪੁਰਾਣੀ ਗੱਲ ਹੈ 40-50 ਸਾਲ ਪਹਿਲਾਂ, ਉਹਨੇ ਆ ਕੇ ਮਹਾਂਪੁਰਖਾਂ ਦੇ ਥੱਪੜੀ ਮਾਰਤਾ ਸੀ, ਉਦੋਂ ਛੋਟੀ ਉਮਰ ਸੀ ਬਈ, ਜਾਗ ਜਾਂਦੇ ਹੀ ਘਰੇ ਦੋ ਤਾਂ ਚੜ੍ਹਾਈ ਕਰ ਗਏ, ਇੱਕ ਲੰਮਾ ਪੈ ਗਿਆ ਮੰਜੇ 'ਤੇ, ਦੂਜੇ ਨੂੰ ਉਧਰੰਗ ਹੋ ਗਿਆ, ਅੱਜ ਉਹ ਉਧਰੰਗ ਵਾਲਾ ਉੱਥੇ ਸੋਟੀ 'ਚ ਲਈ ਫਿਰਦਾ ਹੁੰਦਾ, ਡਾਂਗ ਜੀ ਨਾਲ ਤੁਰਦਾ। ਇਹ ਤਾਂ ਬੜੇ ਪੂਰਨ ਪੁਰਖ ਨੇ, ਬੜੇ ਪਹੁੰਚੇ ਹੋਏ ਨੇ, ਮੈਨੂੰ ਲੋਕਾਂ ਦੱਸਿਆ ਸੀ, ਮੈਂ ਕਿਹਾ ਆਹੋ ਤਾਂਹੀਓ ਤਾਂ ਤੂੰ ਇਹ ਡਾਂਗ ਚੱਕੀ ਫਿਰਦਾ, ਹੁਣ ਕਿਉਂ ਕਹਿੰਦਾ ਪੂਰਨ ਪੁਰਖ ਨੇ? ਕਹਿੰਦਾ ਉਦੋਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ, ਕਹਿੰਦਾ ਉਹ ਦੂਜਿਆਂ ਦੇ ਮੈਂ ਮਗਰ ਲੱਗ ਗਿਆ, ਕਹਿੰਦਾ ਉਹ ਤਾਂ ਜਾਂਦੇ ਜਿਹਨੇ ਥੱਪੜ ਮਾਰਿਆ ਉਹ ਤਾਂ ਜਾਂਦੇ ਹੀ ਮਰ ਗਿਆ। ਕਈ ਵਾਰੀ ਅਸੀਂ ਉਈ ਟੱਕਰ ਲੈ ਲੈਂਦੇ ਹੁੰਦੇ ਹਾਂ, ਚੱਕੇ ਚਕਾਏ ਜੇ ਕਿਤੇ ਚੱਕੇ ਚਕਾਏ ਟੱਕਰ ਨਾ ਲਿਆ ਕਰੋ। ਲੋਕ ਗੁਰੂ ਗ੍ਰੰਥ ਸਾਹਿਬ ਨਾਲ ਟੱਕਰ ਲੈਂਦੇ ਨੇ ਪਰ ਬਹੁਤ ਠੰਡੇ ਸੁਭਾਅ ਦੇ ਆ, ਸ਼ਾਂਤ ਹੈ। ਤੁਹਾਨੂੰ ਪਤਾ ਜੇ ਸ਼ਾਂਤ ਕਿਤੇ ਗਰਮ ਹੋ ਜਾਏ ਨਾ, ਪ੍ਰਹਿਲਾਦ ਵੇਲੇ ਹੋਏ ਸੀ, ਜਦ ਨਰਸਿੰਘ ਰੂਪ ਧਾਰਿਆ ਪਰਮੇਸ਼ਰ ਨੇ, ਮੁੜ ਕੇ ਠੰਡਾ ਹੀ ਨਾ 12 ਪੁਆਇੰਟ 'ਤੇ ਭਚਾਲ ਆਇਆ ਸੀ ਉਦੋਂ ਧਰਤੀ 'ਤੇ, 12 'ਤੇ ਰੋੜੇ ਬਣਾ ਤੇ ਸਾਰੀ ਧਰਤੀ ਦੇ। ਫਿਰ ਪ੍ਰਹਿਲਾਦ ਜੀ ਨੂੰ ਕਹਿਣ, ਹੁਣ ਤੂੰ ਹੀ ਠੰਡੇ ਕਰ, ਲਕਸ਼ਮੀ ਭਾਉ ਕਰੇ ਨਾ ਸਾਕਾ ਜਾਏ, ਲਕਸ਼ਮੀ ਡਰ ਗਈ, ਕਹਿੰਦੀ ਇਹੋ ਜਿਹਾ ਰੂਪ ਤਾਂ ਕਦੇ ਮੈਂ ਦੇਖਿਆ ਹੀ ਨਹੀਂ। ਫਿਰ ਪ੍ਰਹਿਲਾਦ ਜੀ ਮੂਹਰੇ ਖੜ ਗਏ, ਪਿਤਾ ਜੀ ਹੁਣ ਉਹ ਤਾਂ ਪਾਪੀ ਚਲਿਆ ਗਿਆ, ਹੁਣ ਤੁਸੀਂ ਠੀਕ ਹੋ ਜਾਓ। ਫਿਰ ਸ਼ਾਂਤ ਸੁਭਾਅ ਕੀਤਾ ਆਪਣਾ, ਕਿ ਪਰਮੇਸ਼ਰ ਜਦੋਂ ਕਿਤੇ ਠੰਡਾ ਤਾਂ ਠੰਡਾ ਹੀ ਚਲੀ ਜਾਂਦਾ, ਠੰਡਾ ਹੀ ਚਲੀ ਜਾਂਦਾ, ਅਤੇ ਜੇ ਕਿਤੇ ਆ ਜਾਏ ਦੂਜੇ ਪਾਸੇ ਨੂੰ, ਨਮੋ ਰੁੱਖ ਰੁੱਖੇ, ਨਮੋ ਸੁੱਖ ਸੁੱਖੇ, ਫਿਰ ਦੇਖੋ ਕਿੱਧਰ ਨੂੰ ਘੜੀ ਜਾਂਦੀ ਹੈ। ਇਸ ਕਰਕੇ ਆਪਾਂ ਬੇਨਤੀ ਕਰਦੇ ਹਾਂ ਕਿ ਭਾਈ ਮਾੜਾ ਕਹੋ ਹੀ ਨਾ, ਆਪਾਂ ਕਿਸੇ ਨੂੰ ਵੀ ਨਾ ਮਾੜਾ ਕਹੋ, ਨਿੰਦਾ ਸੰਤਾਂ ਦੀ ਨਹੀਂ, ਨਿੰਦਾ ਭਲੀ ਕਿਸੇ ਕੀ ਨਾਹੀਂ, ਮਨਮੁਖ ਮੁਗਧ ਕਰਨ। ਮਹਾਰਾਜ ਕਹਿੰਦੇ ਨਿੰਦਾ ਨਾ ਹੀ ਕਰੋ ਚੰਗਾ, ਖਾਸ ਕਰ ਜਿਹੜੇ ਬਹੁਤਾ ਨਿਤਨੇਮ ਪੜ੍ਹਨ ਵਾਲੇ ਹੈ, ਬਾਣੀ ਪੜ੍ਹਨ ਵਾਲੇ ਸਿੰਘ ਨੇ, ਇਹ ਆਪਣਾ ਧਿਆਨ ਰੱਖੋ। ਜੇ ਤੁਸੀਂ ਨਿੰਦਾ ਕਰਦੇ ਸੋ, ਨਿਤਨੇਮ ਉਸ ਬੰਦੇ ਕੋਲ ਚਲੇ ਜਾਣਾ ਸਾਰਾ, ਅਤੇ ਉਹਦੇ ਜਿੰਨੇ ਗੁਨਾਹ ਨੇ ਤੁਹਾਡੇ ਆਪਦੇ ਸਿਰ ਚੜ੍ਹ ਜਾਣੇ ਆ ਕੇ। ਆਮ ਬੰਦੇ ਦਾ ਤਾਂ ਹਾਲ ਕੀ ਹੋਊਗਾ, ਉਹ ਤਾਂ ਰੱਬ ਹੀ ਜਾਣੇ। ਇਸ ਕਰਕੇ ਨਿੰਦਾ ਤੋਂ ਬਾਹਰ ਆ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਣ, ਇਹੀ ਬੇਨਤੀ ਕਰੋ ਮਹਾਰਾਜ। ਜੇ ਸਾਡੇ ਤੋਂ ਕੋਈ ਨਿੰਦਾ ਹੋ ਗਈ ਹੈ ਅੱਜ ਤੱਕ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਾਫ਼ੀ ਦੇ ਦਿਓ। ਹੇ ਸਤਿਗੁਰੂ, ਸਾਡੇ 'ਤੇ ਕਿਰਪਾ ਕਰੋ, ਅਸੀਂ ਨਿੰਦਕ ਨਾ ਬਣੀਏ, ਅਸੀਂ ਤੁਹਾਡੀ ਉਸਤਤ ਕਰੀਏ ਸਦਾ। ਜਿੰਨਾ ਟਾਈਮ ਅਸੀਂ ਨਿੰਦਾ 'ਤੇ ਖਰਾਬ ਕਰਨਾ, ਓਨਾ ਅਸੀਂ ਨਾਮ ਜਪਣ ਵਿੱਚ ਲੱਗ ਜਾਈਏ ਸਾਰੇ। ਜਪੋ ਵਾਹਿਗੁਰੂ, 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 ਧੰਨ ਵਾਹਿਗੁਰੂ, 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 ਧੰਨ ਵਾਹਿਗੁਰੂ, ਵਾਹਿਗੁਰੂ।
ਤਰਸ ਗਾਇਓ ਸੰਤ ਜਨਾ ਮਿਲ ਹਰ ਜਸ ਗਾਇਓ ਸੰਤ ਜਨਾ ਜਨਮ ਕੇ ਦੁੱਖ ਗਵਾਇਓ ਕੋਟ ਜਨਮ ਕੇ ਦੁੱਖ ਗਵਾਇਓ ਕੋਟ ਜਨਮ ਕੇ ਦੁੱਖ ਗਵਾਇਓ ਕੋਟ ਜਨਮ ਕੇ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰ ਨਾਮ ਦੇਵਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਕਰ ਕਿਰਪਾ ਹਰ ਨਾਮ ਦੇਵਾਇਓ ਸਰਬ ਸੁਖ ਹਰ ਨਾਮ ਬੜਾਈ 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 ਗੁਰ ਪ੍ਰਸਾਦ ਨਾਨਕ ਮਤ ਪਾਈ 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 ਵਾਹਿ ਵਾਹਿ ਗੁਰੂ ਵਾਹਿ ਗੁਰੂ ਧੰਨ ਹਾਰੇ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਧੰਨ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣਿਆ ਸ਼ਬਦੋ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਬੁਝਾਈ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਕਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸੁਭਾਗੈ ਵਾਜੇ ਕਲਾ ਤਿਤ ਕਰ ਤਾਰਿਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੌਸੇ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਆਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਲ ਤੁਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨਾਮ ਤਿਆਇਆ ਗਏ ਸਕਤ ਕਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ ਜਿਨੀ